ਅੱਜ ਗੱਲ ਕਰਦੇ ਹਾਂ ਔਰਤਾਂ ਦੀ ਉਸ ਬਿਮਾਰੀ ਦੀ ਜਦੋਂ ਉਹਨਾਂ ਦੀ ਬੱਚੇਦਾਨੀ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ, ਯਾਨੀ ਕਿ ਫਾਈਬਰਾਇਡਸ ਹੋ ਜਾਂਦੀਆਂ ਨੇ, ਅਤੇ ਉਸ ਦੌਰਾਨ ਉਹਨਾਂ ਦੀ ਬੱਚੇਦਾਨੀ ਫੈਲ ਜਾਂਦੀ ਹੈ। ਜਦੋਂ ਇਹੋ ਜਿਹੀ ਔਰਤ, ਇਸ ਬਿਮਾਰੀ ਨਾਲ ਪੀੜਿਤ ਔਰਤ ਜਦੋਂ ਵੀ ਪੈਰਾਂ ਭਾਰ ਬੈਠਦੀ ਹੈ, ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਦੇ ਬੱਚੇਦਾਨੀ ਬਾਹਰ ਆ ਜਾਏਗੀ। ਉਹਨੂੰ ਤਕਲੀਫ ਵੀ ਬਹੁਤ ਹੁੰਦੀ ਹੈ ਅਤੇ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਹੈ ਕਿ ਉਹਦੀ ਬੱਚੇਦਾਨੀ ਬਾਹਰ ਆ ਜਾਏਗੀ। ਅਗਰ ਕਿਸੇ ਨੂੰ ਐਸੀ ਤਕਲੀਫ ਹੋਵੇ ਤਾਂ ਉਹਦੇ ਵਾਸਤੇ ਹੋਮਿਓਪੈਥੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਦਵਾਈ ਆਉਂਦੀ ਹੈ ਜਿਹਦਾ ਨਾਂ ਹੈ ਫਰੈਕਸੀਨਸ ਅਮੈਰੀਕਾਨਾ ਕਿਊ। ਤੁਸੀਂ ਕਿਸੇ ਵੀ ਕੰਪਨੀ ਦੀ ਇਹ ਦਵਾਈ ਫਰੈਕਸੀਨਸ ਅਮੈਰੀਕਾਨਾ ਕਿਊ ਲਿਆ ਕੇ ਉਹਦੀਆਂ 20 ਬੂੰਦਾਂ ਸਵੇਰੇ, ਦੁਪਹਿਰੇ ਅਤੇ ਸ਼ਾਮ ਲਗਾਤਾਰ ਥੋੜ੍ਹੇ ਜਿਹੇ ਪਾਣੀ ਵਿੱਚ, ਕੱਚ ਦੇ ਗਲਾਸ ਦੇ ਵਿੱਚ ਬੇਸ਼ੱਕ ਪਾਣੀ ਕੋਸਾ ਕਰ ਲਓ, ਥੋੜ੍ਹੇ ਜਿਹੇ ਪਾਣੀ ਵਿੱਚ 20 ਬੂੰਦਾਂ ਇਹਦੀਆਂ ਪਾ ਕੇ ਸਵੇਰੇ, ਦੁਪਹਿਰੇ ਅਤੇ ਸ਼ਾਮ ਉਸ ਔਰਤ ਨੂੰ ਦਿਓ ਜਿਹਦੀ ਬੱਚੇਦਾਨੀ ਬਾਹਰ ਆਉਣ ਨੂੰ ਕਰਦੀ ਹੈ ਅਤੇ ਉਹਨੂੰ ਤਕਲੀਫ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਉਸ ਔਰਤ ਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਅਤੇ ਉਹ ਬਿਲਕੁਲ ਠੀਕ ਹੋ ਜਾਏਗੀ। ਇਸ ਵੀਡੀਓ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਅਤੇ ਉਹ ਇਸ ਬਿਮਾਰੀ ਤੋਂ ਨਿਜਾਤ ਪਾ ਸਕੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।